ਲਾ ਵੀ ਮੁੰਡਿਓ ਵੀਡੀਓ ਸ਼ੂਟ ਹੋ ਗਈ ਕੰਪਲੀਟ ਅਤੇ ਬਹੁਤ ਹੀ ਸਾਰਾ ਸ਼ੂਟ ਹੋਈ ਆ ਵੀਡੀਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੋਗ ਦੇ ਵਿੱਚ। ਇਹ ਤਾਂ ਮੈਨੂੰ ਯਾਦ ਨਹੀਂ ਆ ਵੀ ਕਿੰਨੇ ਚਿਰ ਬਾਅਦ, ਪਰ ਅੱਜ ਵਲੋਗ ਬਹੁਤ ਹੀ ਟਾਈਮ ਨਾਲ ਸਟਾਰਟ ਕਰਨ ਦਿਆਂ। ਮੈਂ ਇੱਥੇ ਟਾਈਮ ਵੇਖ ਲਓ 5:16, ਠੀਕ ਆ। ਅਤੇ ਆਪਾਂ ਜਿੰਮ ਜਾਣਾ ਹੈ, ਤੁਸੀਂ ਮੰਨ ਕੇ ਚੱਲੋ 6:30 ਵਜੇ ਤੱਕ, 6:30 ਨਹੀਂ 6 ਵਜੇ ਤੱਕ ਤੁਰਦੇ ਹਾਂ ਜ਼ਿਆਦਾਤਰ। ਅਤੇ ਹੰਸ ਨੇ ਮੈਨੂੰ 6 ਵਜੇ ਦਾ ਹੀ ਟਾਈਮ ਦਿੱਤਾ ਸੀ, ਕਹਿੰਦੇ 6 ਵਜੇ ਚੱਲਾਂਗੇ। ਅਤੇ ਮੈਂ ਥੋੜ੍ਹਾ ਟਾਈਮ ਨਾਲ ਹੀ ਉੱਠ ਗਿਆ, ਮੈਂ ਕਿਹਾ ਫਰੈਸ਼ ਹੋ ਕੇ ਅਤੇ ਆਪਾਂ ਰੈਡੀ ਰਹਿਣਾ ਟਾਈਮ ਨਾਲ, ਠੀਕ ਹੈ, ਲੇਟ ਨਹੀਂ ਆਉਣਾ। ਅਤੇ ਇੱਧਰਲੇ ਪਾਸੇ ਦੋਵੇਂ ਵੀਲ ਜਿਹੜੇ ਨੇ ਆਪਣੇ ਨਿਊ ਹੋਲੈਂਡ ਦੇ, ਉਹ ਪ੍ਰਿੰਟ ਹੋ ਗਏ ਸੀਗੇ ਇੱਥੇ, ਠੀਕ ਆ। ਅਤੇ ਇਸ ਵਾਰੀ ਡਿਜ਼ਾਇਨ ਦੇਖੋ, ਫੁੱਲ ਮਜ਼ਬੂਤ ਕੀਤਾ, ਉਹ ਦੇਖੋ, ਠੀਕ ਆ। ਅਰੇ ਟਾਇਰ ਆਪਣੇ ਕੋਲ ਟਾਈਮ ਹੈਗਾ ਹੈ, ਆਪਣੇ ਕੋਲ ਹਜੇ ਕਿੰਨਾ ਟਾਈਮ ਪਿਆ ਹੈ, 45 ਮਿੰਟ ਪਏ ਨੇ ਆਪਣੇ ਕੋਲ। ਅਤੇ ਉਹਨਾਂ ਚਿਰ ਮੈਂ ਵੀਲ ਚੇਂਜ ਕਰ ਦੇਣਾ ਵਾ ਅਤੇ ਟਾਇਰਾਂ ਦੀ ਫਿਟਿੰਗ ਕਰ ਦੇਣਾ ਨਿਊ ਹੋਲੈਂਡ 'ਚ। ਉਸ ਦੇ ਨਾਲ ਹੀ ਰਾਤ ਵਲੋਗ 'ਤੇ ਮੈਂ ਐਡਿਟ ਕਰ ਲਿਆ ਸੀਗਾ, ਰੈਂਡਰ ਵੀ ਕਰਤਾ ਸੀ ਪਰ ਅਪਲੋਡ ਨਹੀਂ ਕੀਤਾ। ਅਤੇ ਉਹ ਚਲੋ ਜਿਮ ਤੋਂ ਆ ਕੇ ਅਪਲੋਡ ਕਰਾਂਗੇ, ਹੁਣ ਪਤਾ ਨਹੀਂ ਟਾਈਮ ਕਿੰਨਾ ਕੁ ਲੱਗਣਾ ਅਪਲੋਡ ਹੋਣ 'ਚ। ਅਤੇ ਵਿੱਚ ਰਹਿ ਗਿਆ ਫਿਰ ਛੱਡ ਕੇ ਜਾਣਾ ਪਊਗਾ ਜਾਂ ਰੁਕਣਾ ਪਊਗਾ, ਵੇਟ ਕਰਨੀ ਪਊਗੀ, ਇਸ ਕਰਕੇ ਵਲੋਗ ਫਿਰ ਆਪਾਂ ਆ ਕੇ ਅਪਲੋਡ ਕਰਾਂਗੇ, ਠੀਕ ਹੈ। ਹੁਣ ਇੱਕ ਵਾਰੀ ਵੀਲ ਚੇਂਜ ਕਰ ਲੈਣਾ ਮੈਂ। ਨਿਊ ਹੋਲੈਂਡ ਨੂੰ ਹੋ ਚੁੱਕੀ ਜੀ ਫਿਟਿੰਗ, ਵੀਲ ਆ ਦੇਖ ਲਓ, ਜ਼ਿਆਦਾ ਕੋਈ ਫਰਕ ਪਤਾ ਨਹੀਂ ਲੱਗਦਾ ਵੈਸੇ ਜੇ ਗੌਰ ਨਾਲ ਨਾ ਵੇਖੋ ਤਾਂ। ਅਤੇ ਹੁਣ ਜਮ੍ਹਾਂ ਓਕੇ ਦੀ ਰਿਪੋਰਟ ਆ ਵੀਲ 'ਚ, ਪਲੇ ਵੀ ਇੰਨੀ ਜੀ ਬਹੁਤ ਘੱਟ ਹੈ ਅਤੇ ਹੁਣ ਨਹੀਂ ਖੁੱਲ੍ਹਦਾ ਨਟ, ਜਿੱਥੋਂ ਤੱਕ ਮੇਰਾ ਆਈਡੀਆ। ਬਾਕੀ ਕੁਛ ਨਹੀਂ ਕਹਿ ਸਕਦੇ ਆਪਣੇ ਟਰੈਕਟਰਾਂ ਦਾ, ਇਹਨਾਂ ਦਾ ਮੈਨੂੰ ਵੀ ਨਹੀਂ ਪੱਕਾ ਪਤਾ ਇਹਨਾਂ ਨੇ ਕਿਸ ਟਾਈਮ 'ਤੇ ਕੀ ਕਰ ਜਾਣਾ। ਅਤੇ ਬਸ ਟਾਈਮ ਆਪਣਾ ਹੋ ਗਿਆ ਜਿੰਮ ਦਾ, ਅਤੇ ਚੱਲਦੇ ਹਾਂ ਬਸ ਹੁਣ ਆਪਾਂ ਜਿੰਮ ਲਾ ਕੇ ਆਉਂਦੇ ਹਾਂ। ਪਹਿਲਾਂ ਕਹਿੰਦਾ ਵੈਸੇ ਹੈਵੀ ਆ, ਸ਼ਨੀਵਾਰ ਹੈ, ਜਿੰਮ 'ਤੇ ਚਲੋ ਕੀ ਕੋਈ ਖਾਸ ਲੱਗਣੀ ਨਹੀਂ, ਪਰ ਮੈਂ ਕਿਹਾ ਸ਼ੁਰੂਆਤ 'ਤੇ ਕਰੀਏ। ਅਤੇ ਬਾਕੀ ਮੌਸਮ ਬਹੁਤ ਸਹੀ ਹੈ ਮੌਕੇ 'ਤੇ ਨਾ, ਠੰਡਾ ਠੰਡਾ ਜਿਹਾ ਮੌਸਮ ਹੈ, ਅਤੇ ਚੱਲਦੇ ਹਾਂ ਆਪਾਂ। 1.5 ਘੰਟਾ ਲਾਵਾਂਗੇ ਜਿੰਮ, 1.5 ਘੰਟਾ ਜਾਂ 1.5, 1 ਘੰਟਾ ਹੀ ਮੇਰੇ ਹਿਸਾਬ ਨਾਲ ਤਾਂ ਬਹੁਤ ਹੈ, ਕੋਈ ਕਰਿਆ ਕੰਮ ਵੀ ਕਰਨੇ ਹੁੰਦੇ ਨੇ। ਅਤੇ ਕੱਲ੍ਹ ਤੋਂ ਦੇਖਦਾ ਵਾਂ, ਜਿਵੇਂ ਅੱਜ ਤਾਂ ਹੁਣ 6 ਵਜੇ ਚੱਲੇ ਆ, ਕੱਲ੍ਹ ਤੋਂ 5:30 ਵਜੇ ਜਾਵਾਂਗੇ, ਫਿਰ 7 ਵਜੇ ਆ ਜਾ ਕਰਾਂਗੇ, 7:30 ਦੇ ਵਿੱਚ ਵਿੱਚ ਨਾ ਘਰੇ ਆ ਜਾ ਕਰਾਂਗੇ, ਘਰੇ ਆ ਕੇ ਕੰਮ ਸਾਰੇ ਨਿਬੇੜ ਕੇ ਥੱਲੜੇ, ਅਤੇ ਟਾਈਮ ਨਾਲ ਹੀ ਫਿਰ ਆਪਣੇ ਸੈਟਅਪ 'ਚ ਕੰਮ ਸਟਾਰਟ ਕਰਾਂਗੇ, ਠੀਕ ਹੈ। ਫੋਨ 'ਚ ਵਿਊ ਬਹੁਤ ਸੋਹਣਾ ਲੱਗਦਾ ਜੀ ਰੈਂਟ ਵਾਲਾ। ਲਓ ਵੀ ਮੁੰਡੇ ਆਪਾਂ ਹੋ ਗਏ ਰਵਾਨਾ, ਆਹ ਦੇਖ ਲਓ ਤੁਸੀਂ ਟਾਈਮ, ਇਹਨੇ 6 ਵਜੇ ਦਾ ਕਿਹਾ ਸੀ ਅਤੇ 6:13 ਹੋ ਗਏ ਨੇ। ਇੰਨਾ ਲੇਟ ਹੋਣ ਦਾ ਸਾਰਾ ਕ੍ਰੈਡਿਟ ਜਾਂਦਾ ਇਹਨੂੰ, ਅਤੇ 1-2 ਮਹੀਨੇ ਲੇਟ ਹੋਣ ਦਾ ਕ੍ਰੈਡਿਟ ਉਹ ਕਿਹਨੂੰ ਜਾਂਦਾ। ਉਹ ਤਾਂ ਫਿਰ ਆਲਸ ਪੈ ਗਿਆ ਸੀ ਵਿੱਚ, ਕੰਮ ਪੈ ਗਿਆ ਸੀ ਜ਼ਰੂਰੀ, ਆਲਸ ਨਹੀਂ। ਜਿੰਮ ਗਏ ਆਪਾਂ ਪਹੁੰਚ, ਅਤੇ ਸੋਹਣਾ ਪਹਿਲਾਂ ਕੰਮ ਵੇਟ ਕੀਤਾ ਜਾਊਗਾ। ਲਓ ਵੀ ਮੁੰਡਿਓ 2 ਕਿਲੋ ਵਜਨ ਘਟਿਆ ਹੈ, ਵਧਿਆ ਨੀਗਾ। ਜਦੋਂ ਸਟਾਰਟਿੰਗ ਕੀਤੀ ਸੀ ਜਿੰਮ ਦੀ ਉਦੋਂ ਪੂਰਾ 1 ਕੁਇੰਟਲ ਸੀ ਵਜਨ ਮੇਰਾ, ਜਦੋਂ ਜਿੰਮ ਛੱਡੀ ਮੈਂ ਉਦੋਂ ਸੀ 93 ਕਿਲੋ, ਹੁਣ 90 ਹੋ ਗਿਆ, ਯਾਨੀ ਕਿ ਵੇਟ ਆਪਣਾ ਬਿਲਕੁਲ ਸਹੀ ਹੈ ਮੌਕੇ 'ਤੇ। ਲਓ ਵੀ ਮੁੰਡਿਓ ਪਹਿਲਾਂ ਦੇਣਾ, ਖਾਲੀ ਢਿੱਡ ਹੈ, 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਮੈਂ ਤਾਂ ਜਿੰਮ ਵੇਖਣੀ ਆਇਆ ਸੀ ਅੱਜ ਬਸ। ਮੁੰਡੇ ਆਪਣਾ ਦੇ ਪੈ ਗਿਆ, 2-3 ਸੈੱਟ ਲਾ ਕੇ ਬਸ ਹੋ ਗਈ, ਇੱਕ ਵਾਰੀ ਲੱਗਾ ਹੋਇਆ ਟਾਈਮ, ਆ ਦੇਖ ਲਓ 7 ਵੱਜ ਗਿਆ, ਬਸ ਚੱਲਦੇ ਹਾਂ ਹੁਣ 15-20 ਮਿੰਟਾਂ ਤੱਕ ਚੱਲਦੇ ਹਾਂ ਘਰੇ। ਲਓ ਵੀ ਮੁੰਡਿਓ ਆਪਾਂ ਆ ਗਏ ਸੀ ਜਿੰਮ ਤੋਂ ਘਰੇ, ਮੌਕੇ 'ਤੇ ਟਾਈਮ 10 ਵੱਜ ਗਿਆ, ਠੀਕ ਆ। ਅਤੇ ਥੱਲੜੇ ਜਿੰਨੇ ਵੀ ਕੰਮ ਸੀਗੇ ਸਾਰੇ ਨਿਬੇੜਦੇ ਹਾਂ ਮੈਂ, ਪੱਠੇ ਪੁੱਠੇ ਵੱਢਣੇ ਸੀਗੇ ਕੁਤਰ ਕੇ, ਯਾਨੀ ਕਿ ਸਵੇਰ ਵਾਲੇ ਜਿੰਨੇ ਵੀ ਕੰਮ ਹੁੰਦੇ ਨੇ ਨਾ ਸਾਰੇ ਡਨ ਕਰਕੇ ਹੁਣ ਫ੍ਰੀ ਹੋਇਆ ਵਾ 10 ਵਜੇ, ਠੀਕ ਆ। ਅਤੇ ਕੱਲ੍ਹ ਵਾਲਾ ਵਲੋਗ ਜਿਹੜਾ ਉਹ ਵੀ ਜਸਟ ਹੁਣ ਜੇ ਅਪਲੋਡ ਕਰਕੇ, ਇੱਥੇ ਮੈਕਬੁੱਕ ਰੱਖੀ ਮੈਂ, ਅਤੇ ਬਸ ਇਹਨੂੰ ਹੁਣ ਰੱਖ ਦਈਏ ਆਪਾਂ ਬੈਗ ਦੇ ਵਿੱਚ, ਠੀਕ ਆ। ਇਹਦਾ ਕੰਮ ਵੀ ਡਨ ਹੋ ਚੁੱਕਿਆ, ਅਤੇ ਥੰਬਨੇਲ ਵਗੈਰਾ ਰਹਿ ਗਿਆ ਕਰਨ ਵਾਲਾ ਸੈੱਟ, ਉਹ ਮੈਂ ਫੋਟੋ ਖਿੱਚਦਾ ਵਾਂ ਅਤੇ ਉਦੋਂ ਬਾਅਦ ਥੰਬਨੇਲ ਸੈੱਟ ਕਰ ਦਿੰਦੇ ਹਾਂ। ਅਤੇ ਹੁਣ ਅੱਗੇ ਪਲੈਨ ਕੀ ਹੈ,
ਉਹਦੇ ਤੇ ਦੇਖਦੇ ਆ ਹਜੇ ਕਨਫਰਮ ਕੁਝ ਵੀ ਨਹੀਂਗਾ ਸਵਰਾਜ ਦੇ ਫਰੰਟ ਐਕਸਲ ਤੇ ਵੀ ਕੰਮ ਕਰਨਾ ਵੈਸੇ ਤੇ ਆਪਾਂ ਠੀਕ ਆ ਉਸ ਤੋਂ ਇਲਾਵਾ ਮੇਰਾ ਪਲਾਨ ਹੈ ਕਿ ਅੱਜ ਨਾ ਬੈਟਰੀਆਂ ਦਾ ਕੰਮ ਨਿਬੇੜਦਾ ਮੈਂ ਤੇ ਇਹਦੇ ਨਾਲ ਬੈਟਰੀਆਂ ਵਾਲਾ ਕੰਮ ਬਹੁਤ ਰੋਲ ਗਦੋਲ ਜਿਹਾ ਹੋਇਆ ਪਿਆ ਤੇ ਅੱਜ ਨਾ ਪਹਿਲਾਂ ਤੇ ਇਹਦਾ ਕੰਮ ਨਿਬੇੜਦੇ ਹਾਂ ਆਪਾਂ ਜਿੰਨੀਆਂ ਬੈਟਰੀਆਂ ਨੇ ਜਿਹੜੀਆਂ ਕੰਮ ਦੀਆਂ ਨਹੀਂ ਗਈਆਂ ਆ ਜਿਨ੍ਹਾਂ ਦੇ ਸੈੱਲ ਡੈੱਡ ਹੋਏ ਪਏ ਨੇ ਅੱਜ ਮੈਂ 3 ਬੈਟਰੀਆਂ ਆਰਡਰ ਰੱਖੀਆਂ ਹੋਈਆਂ ਮੈਂ ਪਤਾ ਨਹੀਂ ਆਹ ਵੀ ਨਾਲ ਹੀ ਹੈ ਠੀਕ ਹੈ ਇਹਨਾਂ 'ਚੋਂ ਕਾਫੀ ਬੈਟਰੀਆਂ ਜਿਹਨਾਂ ਦੇ ਸੈੱਲ ਡੈੱਡ ਨੇ ਉਹਨਾਂ ਦੇ ਸੈੱਲ ਕੱਢ ਕੇ ਇੱਕ ਪਾਸੇ ਕਰ ਦਿੰਦੇ ਆਪਾਂ ਕਿਉਂਕਿ ਬਾਅਦ 'ਚੋਂ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਇੱਥੋਂ ਮੈਂ ਬੈਟਰੀਆਂ ਚੱਕ ਕੇ ਲੈ ਜਾਂਦਾ ਟਰੈਕਟਰ 'ਚ ਪਾਉਣ ਵਾਸਤੇ ਜੋ ਟਰੈਕਟਰ 'ਚ ਪਾਈ ਦੀਆਂ ਨੇ ਕਈ ਬੈਟਰੀਆਂ ਕੰਮ ਹੀ ਨਹੀਂ ਕਰਦੀਆਂ ਪਤਾ ਹੀ ਨਹੀਂ ਲੱਗਦਾ ਨਵੀਆਂ ਕਿਹੜੀਆਂ ਪੁਰਾਣੀਆਂ ਕਿਹੜੀਆਂ ਸਾਰਾ ਕੁਝ ਮਿਕਸ ਹੋਇਆ ਪਿਆ ਕੰਮ ਇੱਕ ਆਹ ਕੰਮ ਕਰਨਾ ਅੱਜ ਸਭ ਨਾਲੋਂ ਪਹਿਲਾਂ ਠੀਕ ਆ ਸੈੱਲ ਮੇਰੇ ਕੋਲ ਹੋਰ ਵੀ ਕਾਫੀ ਪਏ ਨੇ ਸਾਰੇ ਸੈੱਲ ਅੱਜ ਤੁਹਾਨੂੰ ਵਿਖਾ ਦਾਂਗਾ ਕੱਢ ਕੇ ਉਹਨਾਂ 'ਚ ਕਿਹੜੇ ਡੈੱਡ ਨੇ ਕਿਉਂਕਿ ਇੱਥੇ ਵੀ ਕੁਝ ਬੈਟਰੀਆਂ ਪਈਆਂ ਨੇ ਇਹਨਾਂ 'ਚ ਵੀ ਦੇਖਦਾ ਜੇ ਕੋਈ ਕੰਮ ਦੇ ਸੈੱਲ ਹੋਏ ਤਾਂ ਉਹ ਇਹਨਾਂ 'ਚ ਫਿੱਟ ਕਰ ਦਾਂਗਾ ਠੀਕ ਹੈ ਯਾਨੀ ਕਿ ਅੱਜ ਦਾ ਆਪਣਾ ਮੇਨ ਮਿਸ਼ਨ ਆ ਏ ਉਸ ਤੋਂ ਇਲਾਵਾ ਵੈਸੇ ਸਵਰਾਜ 'ਤੇ ਤਾਂ ਆਪਾਂ ਕੰਮ ਕਰਾਂਗੇ ਹੀ ਠੀਕ ਆ ਵੈਸੇ ਸਵਰਾਜ ਦੀ ਆਹ ਲੁੱਕ ਬਹੁਤ ਸੋਹਣੀ ਲੱਗਦੀ ਹੈ ਇੱਦਾਂ ਸਾਈਜ਼ ਭਾਵੇਂ ਥੋੜ੍ਹਾ ਜਿਹਾ ਵੱਡਾ ਹੀ ਹੈ ਠੀਕ ਆ ਸੋਹਣਾ ਲੱਗਦਾ ਵੇਖਣ 'ਚ ਇਹਦੇ ਨਾਲ ਗੇਅਰ ਬਾਕਸ 'ਚੋਂ ਟਿਕ ਟਿਕ ਦੀ ਆਵਾਜ਼ ਆਉਂਦੀ ਹੈ ਮੈਨੂੰ ਲੱਗਦਾ ਕਿ ਡਿਫਰੈਂਸ਼ੀਅਲ 'ਚ ਕੋਈ ਦਿੱਕਤ ਨਹੀਂ ਆਉਂਦੀ ਇਹਦਾ ਨਾ ਅੱਗੇ ਪਲਾਸਟਿਕ ਦੇ ਗੇਅਰ ਨੇ ਉਹਨਾਂ 'ਚ ਹੋ ਸਕਦਾ ਕੋਈ ਮਾੜੀ ਮੋਟੀ ਪ੍ਰੋਬਲਮ ਆ ਜਾਏ ਇਨ ਫਿਊਚਰ ਉਹ ਆਪਾਂ ਦੇਖ ਲਾਂਗੇ ਟਰੈਕਟਰ ਨਹੀਂ ਤੋੜਦੇ ਆਪਾਂ ਬਿੱਲ ਖੋਲ੍ਹੀ ਜਿਵੇਂ ਦੀ ਲੁੱਕ ਹੈਗੀ ਇੱਦਾਂ ਦੀ ਰਹੂਗੀ ਥੱਲੜਾ ਗੇਅਰ ਬਾਕਸ ਕੱਢ ਕੇ ਜੇ ਚੇਂਜ ਕਰਨਾ ਵੀ ਪੈ ਗਿਆ ਤਾਂ ਕਰ ਲਾਂਗੇ ਠੀਕ ਹੈ ਉਹ ਗਾਹਾਂ ਗੱਲਾਂ ਨੇ ਚਲੋ ਹੁਣ ਇੱਧਰ ਆਈਏ ਜਿਹੜੇ ਟੌਪਿਕ 'ਤੇ ਗੱਲ ਕਰਨ ਦੇ ਆਪਾਂ ਅਤੇ ਆਹ ਤਾਂ ਨਵੀਂ ਬੈਟਰੀ ਸੀਗੀ ਆ ਤਾਂ ਜਸਟ ਹੁਣ ਜੇ ਬਣਾਈ ਸੀ ਅਤੇ ਨਾ ਵਰਕ ਨਹੀਂ ਕਰਦੀ ਵੀ ਮੈਂ ਦੇਖਦਾ ਇਹਦੇ 'ਚ ਕੀ ਪ੍ਰੋਬਲਮ ਆਈ ਹੈ ਜਾਂ ਤਾਂ ਇਹਦਾ ਕੋਈ ਸੈੱਲ ਡੈੱਡ ਹੋ ਗਿਆ ਜਾਂ ਜਿੱਦਾਂ ਬਾਹਲੀ ਜ਼ਿਆਦਾ ਡਿਸਚਾਰਜ ਹੋ ਗਈ ਹੈ ਚਲੋ ਦੇਖਦੇ ਹਾਂ ਜਿਵੇਂ ਵੀ ਹੋਊਗਾ ਜੋ ਵੀ ਹੋਊਗਾ ਅੱਜ ਮੇਨ ਕੰਮ ਇਹ ਕਰਨਾ ਉਸ ਤੋਂ ਪਹਿਲਾਂ ਮੈਂ ਥੰਬਨੇਲ ਖਿੱਚ ਲਾਂ ਵਲੌਗ ਵਾਲਾ ਕੰਮ ਡਨ ਕਰ ਲਾਂ ਫਿਰ ਬੈਟਰੀਆਂ ਦੇ ਕੰਮ ਸ਼ੁਰੂ ਕਰਦੇ ਹਾਂ ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਸੁਣ ਪਹਿਲਾਂ ਟਾਈਮ ਚੈੱਕ ਕਰ ਲਓ 12:30 ਦਾ ਟਾਈਮ ਹੈ ਅਤੇ ਉਹ ਦੇਖੋ ਤੁਸੀਂ ਮੇਜ਼ ਦੇ ਉੱਤੇ ਦੁਕਾਨ ਲਾਈ ਹੋਈ ਹੈ ਇੱਧਰ ਮੈਂ ਬੈਟਰੀਆਂ ਦੀ ਅਤੇ ਆਹ ਨਾ ਇਹਨਾਂ ਪੁਰਾਣੀਆਂ ਬੈਟਰੀਆਂ 'ਚੋਂ ਆਹ 4 ਬੈਟਰੀਆਂ ਵਧੀਆ ਸੀਗੀਆਂ ਕੰਡੀਸ਼ਨ ਇਹਨਾਂ ਦੀ ਠੀਕ ਸੀਗੀ ਯਾਨੀ ਕਿ 50% 50% ਤਾਂ ਹੈਗੀ ਇਹਨਾਂ ਦੀ ਹੈਲਥ ਅਜੇ ਇਸ ਕਰਕੇ ਮੈਂ 2-2 ਸੈੱਲ ਜੋੜ ਕੇ ਠੀਕ ਹੈ ਯਾਨੀ ਕਿ 2 ਬੈਟਰੀਆਂ ਜੋੜ ਕੇ ਇੱਕ ਬਣਾਤੀ ਹੈ ਠੀਕ ਹੈ ਯਾਨੀ ਕਿ ਉਹਨੇ 4 ਸੈੱਲਾਂ ਦੀ ਇੱਕ ਬੈਟਰੀ ਹੈ ਨਾਮ ਹੀ ਦਿੱਤਾ A1 A2 ਤਾਂ ਕਿ ਪਤਾ ਲੱਗਦਾ ਰਹੇ ਵੀ ਕਿਹੜੀ ਬੈਟਰੀ ਦੀ ਜਿੱਦਾਂ ਪਾਵਰ ਘੱਟ ਹੈ ਠੀਕ ਹੈ ਬੈਕਅਪ ਘੱਟ ਹੈ ਇੱਕ ਇੱਥੇ ਚਾਰਜ ਲਾਈ ਹੋਈ ਹੈ ਇੱਥੇ 0.040 ਐਮਪੀਅਰ ਹਜੇ ਵੀ ਦੱਸਣ ਦਿਆ ਯਾਨੀ ਕਿ ਥੋੜ੍ਹੀ ਜਿਹੀ ਡਾਊਨ ਹੈ ਥੋੜ੍ਹੀ ਜਿਹੀ ਮਤਲਬ ਮਾਮੂਲੀ ਜਿਹੀ ਹੈ ਮੈਨੂੰ ਇੱਥੇ 0 ਹੋ ਜਾਏ ਉਸ ਤੋਂ ਬਾਅਦ ਹੀ ਆਹ ਚਾਰਜ ਲਾਊਂਗਾ ਠੀਕ ਹੈ ਉਸ ਤੋਂ ਇਲਾਵਾ ਆਹ 3 ਬੈਟਰੀਆਂ ਸੀਗੀਆਂ ਇਹਨਾਂ ਦੇ ਵਿੱਚ 2 ਕੁ ਸੈੱਲ ਇੱਦਾਂ ਦੇ ਨੇ ਜਿਨ੍ਹਾਂ ਦੀ ਕੰਡੀਸ਼ਨ ਠੀਕ ਹੈ ਯਾਨੀ 40% ਹੈਗੀ ਕੰਡੀਸ਼ਨ ਬਾਕੀ ਤਾਂ ਸਾਰੇ ਡੈੱਡ ਹੀ ਨੇ ਸੈੱਲ ਠੀਕ ਆ ਉਹਨਾਂ ਦਾ ਤਾਂ ਜਮ੍ਹਾਂ ਹੀ ਪੱਠਾ ਬੈਠਾ ਹੋਇਆ ਅਤੇ ਆਹ ਬੈਟਰੀਆਂ ਠੀਕ ਨੇ ਇਹਨਾਂ ਦੀ ਕੰਡੀਸ਼ਨ ਠੀਕ ਹੈ ਥੋੜ੍ਹੀਆਂ ਜਿਹੀਆਂ ਚਾਰਜ ਹੋਣ ਵਾਲੀਆਂ ਨੇ ਇਹਨਾਂ ਨੂੰ ਚਾਰਜ ਲਾ ਕੇ ਦੇਖਦੇ ਹਾਂ ਅੱਗੇ ਬੈਕਅਪ ਇਹਨਾਂ ਦਾ ਕਿਵੇਂ ਦਾ ਠੀਕ ਹੈ ਕਿਉਂਕਿ ਹੁਣ ਮੈਂ ਵੋਲਟੇਜ ਚੈੱਕ ਕੀਤੀ ਸੀ ਵੋਲਟੇਜ ਤਾਂ ਮੈਨੂੰ ਸਹੀ ਲੱਗਣ ਦੀ ਆ ਬਾਕੀ ਅੱਗੇ ਯੂਜ਼ ਕਰਕੇ ਦੇਖਾਂਗੇ ਜੇ ਬੈਕਅਪ ਘੱਟਦਾ ਹੋਇਆ ਤਾਂ ਫਿਰ ਆਪਣੇ ਕੋਲ ਨਾ ਇੱਥੇ ਬੈਟਰੀਆਂ ਪਈਆਂ ਪਹਿਲਾਂ ਬੈਟਰੀਆਂ ਆਹ ਸਟਾਰਟਿੰਗ ਵਾਲੀਆਂ ਬੈਟਰੀਆਂ ਸੀਗੀਆਂ ਇਹ ਲੈਪਟੋਪ 'ਚੋਂ ਜਿਹੜੇ ਸੈੱਲ ਕੱਢੇ ਸੀ ਉਹਨਾਂ ਦੀਆਂ ਬੈਟਰੀਆਂ ਬਣਾਈਆਂ ਸੀ ਮੈਂ ਉਦੋਂ ਬਾਅਦ ਫਿਰ ਮੈਂ ਨਵੇਂ ਸੈੱਲ ਲੈ ਆਇਆ ਅਤੇ ਉਹਨਾਂ ਦੀਆਂ ਫਿਰ ਮੈਂ ਨਵੀਆਂ ਬੈਟਰੀਆਂ ਬਣਾਤੀਆਂ ਇਹਨਾਂ 'ਚ ਪਾਵਰ ਹੈਗੀ ਸੀ ਅਜੇ ਯਾਨੀ ਕਿ ਇਹਨਾਂ ਦੀ ਹੈਲਥ ਠੀਕ ਸੀ ਪਰ ਇਹਨਾਂ ਨੂੰ ਮੈਂ ਇੱਕ ਪਾਸੇ ਰੱਖਤਾ ਸੀਗਾ ਮੈਂ ਕਿਹਾ ਮਿਕਸ ਨਾ ਹੋਣ ਸਾਰੀਆਂ ਇਹਨਾਂ ਦੀ ਵੋਲਟੇਜ ਮੈਂ ਚੈੱਕ ਕੀਤੀ ਆ ਮੈਨੂੰ ਲੱਗਦਾ 6 ਮਹੀਨਿਆਂ ਬਾਅਦ ਹੁਣ ਵੋਲਟੇਜ ਚੈੱਕ ਕੀਤੀ ਹੈ ਅਤੇ ਵੋਲਟੇਜ ਇਹਨਾਂ ਦੀ ਪ੍ਰੋਪਰ ਓਨ ਨਹੀਂ ਹੋਈਆਂ ਜਿੰਨੀਆਂ ਚਾਰਜ ਕਰਕੇ ਛੱਡੀਆਂ ਸੀ ਆਹ ਦੇਖੋ ਤੁਸੀਂ ਇੱਥੇ ਦੁਕਾਨ ਲੱਗੀ ਹੋਈ ਜੇ ਸੈੱਲਾਂ ਦੀ ਇਹਨਾਂ 'ਚ ਵੀ ਕੁਛ ਸੈੱਲ ਇੱਦਾਂ ਦੇ ਨੇ ਜਿਹੜੇ ਠੀਕ ਕੰਡੀਸ਼ਨ 'ਚ ਨੇ ਕੁਛ ਡੈੱਡ ਨੇ ਇਹ ਮਿਕਸਅਪ ਹੋਇਆ ਪਿਆ ਸਾਰਾ ਇੱਧਰ ਡੱਬਾ ਮੈਨੂੰ ਲੱਗਦਾ ਕੋਈ ਵੱਡਾ ਲੱਭਣਾ ਪੈਣਾ ਹੁਣ ਆਹ ਸੈੱਲ ਬਾਹਰ ਹੀ ਰਹਿ ਗਏ ਨੇ ਚਲੋ ਕੋਈ ਨਹੀਂ ਮੈਂ ਕੋਈ ਡੱਬਾ ਲੱਭ ਕੇ ਇਹਨਾਂ ਨੂੰ ਇੱਕ ਪਾਸੇ ਲਾਉਣਾ ਟਿਕਾਣੇ ਲਾਉਣਾ ਪਹਿਲਾਂ ਠੀਕ ਆ ਉਸ ਤੋਂ ਬਾਅਦ ਇੱਕ ਵਾਰੀ ਆਹ ਬੈਟਰੀਆਂ ਇੱਦਾਂ ਹੀ ਯੂਜ਼ ਕਰਦੇ ਹਾਂ ਅਤੇ ਅੱਗੇ ਫਿਰ ਦੇਖਾਂਗੇ ਇਹਨਾਂ ਨੂੰ ਉਦੋਂ ਤੱਕ ਯੂਜ਼ ਕਰਨਾ ਜਦੋਂ ਜਮ੍ਹਾਂ ਹੀ ਨੇ ਨਾ ਇਹਨਾਂ ਦੀ ਜੀਭ ਨਿਕਲ ਜੇ ਉਦੋਂ ਬਾਅਦ ਫਿਰ ਆਪਾਂ ਸੈੱਲ ਸੁੱਟ ਦਾਂਗੇ ਠੀਕ ਆ ਜ਼ਿਆਦਾ ਸੇਵ ਕਰਕੇ ਨਹੀਂ ਰੱਖਦੇ ਇਹਨਾਂ 'ਚੋਂ ਕਈ ਸੈੱਲ ਡੈੱਡ ਨੇ ਪਰ ਮੈਂ ਰੱਖੇ ਹੋਏ ਨੇ ਮੌਕੇ 'ਤੇ ਮੈਂ ਕਈ ਵਾਰੀ ਕੋਈ ਇਦਾਂ ਦਾ ਪ੍ਰੋਜੈਕਟ ਬਣਾਉਣਾ ਪੈ ਜਾਂਦਾ ਜਿਹਦੇ 'ਚ ਇਕੱਲੇ ਸੈੱਲ ਦੀ ਸ਼ੇਪ ਦੀ ਜ਼ਰੂਰਤ ਹੈ ਆਪਾਂ ਨੂੰ ਅਤੇ ਇਸ ਕਰਕੇ ਮੈਂ ਰੱਖੇ ਸੀਗੇ ਬਾਕੀ ਅੱਗੇ ਦੇਖਾਂਗੇ ਹੁਣ ਕਚਰਾ ਕੱਢਾਂਗੇ ਹੌਲੀ ਹੌਲੀ ਕਰਕੇ ਠੀਕ ਹੈ ਲਓ ਵੀ ਮੁੰਡਿਓ ਲੇਟੈਸਟ ਅਪਡੇਟ ਕੁਛ ਇਹ ਆ ਕਿ ਬੈਟਰੀਆਂ ਦੋਵੇਂ ਇੱਥੇ ਹੋ ਗਈਆਂ ਫੁੱਲ ਠੀਕ ਆ ਪਹਿਲਾਂ ਚਾਰਜ ਲਾਈ ਸੀ ਉਹ ਤੋਂ ਬਾਹਰ ਲਾਤੀ ਆਹ ਦੇਖ ਲਓ ਇੱਥੇ ਪੂਰਾ 0-0 ਹੋਇਆ ਪਿਆ ਅਤੇ ਹੁਣ ਮੈਂ ਸੋਚਣ ਦਿਆ ਸੀ ਕਿ ਆਹ ਜਿਹੜੀਆਂ ਬੈਟਰੀਆਂ ਇਹ ਵੀ ਇੱਕ ਕਰਕੇ ਸਾਰੀਆਂ ਚਾਰਜ ਲਾ ਹੀ ਦੇਵਾਂ ਕਿਉਂਕਿ ਸ਼ਾਮ ਨੂੰ ਹੋ ਸਕਦਾ ਆਪਾਂ ਹੋਲੈਂਡ ਦੀ ਵੀਡੀਓ ਸ਼ੂਟ ਕਰੀਏ ਜਿਹੜੀ ਕੱਲ੍ਹ ਆਪਣੀ ਪੈਂਡਿੰਗ ਰਹਿ ਗਈ ਸੀ ਅਤੇ ਆਹ ਪਤਾ ਨਹੀਂ ਕੀ ਚੱਕਰ ਹੈ ਰਿਸਪੋਂਸ ਨਹੀਂ ਦੇ ਰਿਹਾ ਆ ਬੈਟਰੀ ਬਿਲਕੁਲ ਹੀ ਨਹੀਂ ਰਿਸਪੋਂਸ ਦੇ ਰਹੀ ਜਾਂ ਤਾਂ ਇਹ ਫੁੱਲ ਚਾਰਜ ਹੈ ਅਤੇ ਜਾਂ ਇਹਦੇ 'ਚ ਕੋਈ ਗੜਬੜ ਹੋ ਗਈ ਪਰ ਮੈਂ ਵੋਲਟੇਜ ਇਹਦੀ ਚੈੱਕ ਕੀਤੀ ਸੀ ਉਦੋਂ ਅਤੇ ਆਈ ਥਿੰਕ ਸਹੀ ਦੱਸਣ ਦਿਆ ਸੀ ਬਾਕੀ
एक बार चेक कर दे आप वोल्टेज कितनी है मौके पे। वोल्टेज इनकी 8 है पूरी, आ देखो ठीक है पूरी 8 वोल्टेज इतने बिल्कुल वधिया शो करन दिया। तो इतने जोड़ा अपना चार्जर है इनकी वोल्टेज वेख लो 8.4 है, यानी कि इनकी वोल्टेज ज़्यादा है उनके नालों बैटरी नालों, तो इनू चार्ज करना चाहिए पर फिर भी पता नहीं की चक्कर है चार्ज ही नहीं हो रहा, क्या समस्या आई है कोई रिस्पोंस नहीं गा। आ देखो हमें भी पता नहीं है की चक्कर है क्योंकि आ बैटरी मैं ना होलैंड भी लाई से जो शाम को वीडियो शूट करना है होलैंड की, तो उदो भी ना एवं ही थोड़ा चल के रिस्पोंस नहीं दिता, लो भी देता जे रिस्पोंस आ देखो हूँ भी लागी समझ की दिक्कत आई है। दिक्कत आई है आ बैटरी के कनैक्टर च आ जड़े इन इन कनैक्ट कर देन उनके दिक्कत सी, नाले बैटरी अपनी फुल है अद पहले 160 विखा दिया हूँ प्रोपर 40 तो आ गया ठीक है, यानी बैटरी फुल है। कल आई दिक्कत हुई है फिर मैं ध्यान नहीं दिता कि वो ट्रैक्टर के नाल जो कनैक्ट की ना उदों प्रोपर कनैक्ट हुए नहीं कनैक्टर इनके। मौके पर इधर सीन इदा कि स्वराज के जेडे फ्रंट एक्सल का नव डिज़ाइन इतने मैं कर दिया वा, तो वह भी काफ़ी कॉम्प्लीकेटिड जहा डिज़ाइन समझ नहीं आती, तो मत्था मारन तो दया मैं बाकी चलो देखते हैं। तो उस दे नाल आपां आ भी चीज़ देखनी है कि इंदे ते मोटर कैड़ी लाउनी है ठीक है। मैं सोचन दिया सीगा कि अपने को जिहड़ियां आ मोटरां ने ना आ जिहड़ी मोटर ठीक है या इंदे नाल दी कोई होर मोटर, मोटरां वाधू पईआं ने इंदे नाल दी कोई मोटर इंदे च लग गई है क्योंकि काफ़ी वड्डी मोटर है तो इनकी आर पी एम भी काफ़ी सही है मेरे हिसाब से 100 RPM की होगी, आ 200 RPM की मोटर है चलो वो तो कोई चक्कर नहीं देख लें, जो 100 RPM की लानी हो 100 वाली नवी मंगा लेंगे आप। मैं ये सोचा कि इनू ना इदा डायरैक्ट ही ला देने इतने इस तरीके तो उनके भी ना एक दो चीज़ा चैक करनिया पैनगिया मैनू वो भी चैक कर दें आप जोड़ा आप रिसीवर यूज़ करते हैं आ ट्रैक्टर च लगा हुआ जरा ठीक है अपने सिंपल निके रिमोट ने आ जड़े रिमोट आ जोड़े रिमोट ने ना 7.4 वोल्ट ही चलते हैं 12 वोल्ट तो नहीं चलते, तो आ जी मोटर है यह 12 वोल्ट की, तो बस उनके मैं थोड़ी जी कन्फ्यूजन है कि आ जी मोटर है 7.4 वोल्ट तो वधिया चल जूगी क्योंकि आ जोड़ा ट्रैक्टर हिंदुस्तान उनके नाल रिमोट लाना है। मौके तो अपनी चल रही है बार वीडियो शूट की न्यू होलैंड नाल ठीक है, तो सब नो पहला तो आप AC बंद कर दिए क्योंकि बार आवाज़ बहुत जाती फिर AC की, उस दे नाल आपां करिए अपने टायर चेंज ते हुण करिए इधर कम। आपां वैसे ना न्यू होलैंड वाली वीडियो शूट करन दा सी उहदे पिछे ट्राली पाई सी उहदे वास्ते कोई सैटअप ते ज़्यादा चाहीदा नहीं गा, बस ऑफ रोडिंग जी करवाउणी इत्थे करा लांगे थोड़ी जी उत्थे करा लांगे ठीक है जो रही लवाउणा आपां होलैंड दा, ते उस दे नाल थोड़ी जी हवा वगन दी है ना हवा वगदी पई है चलो कोई नहीं मैं ना उतों थोड़ी मिट्टी सुटदा इतने वो जी रेता है मौके से हथियार आया हो अपने को इतने थोड़ा होर थां लगते हथ बना ही लेना वा लो भी मुंडियो आ देखो मिट्टी मुट्टी मिक्स करके थोड़ा पानी मिला के एक बार तैयार करता है, तो हूँ मौके पर मैं होलैंड लैके आना वा तो इतने शूट करते हैं जिदा ऑफ रोडिंग ही करवानी है करा लेने ये जोर वाले ने ट्रैक्टर का ठीक है ज़्यादा टाइम नहीं लगता मेरे हिसाब ना, तो होलैंड च बैटरी हैगी ऑलरेडी देखते हैं कितना चिर चलती है ठीक है, तो उस दे नाल अपना गिम्बल ते प्लस न्यू होलैंड ते वेट भी चाहिए अपन, कल 4 टंगे सीगे वेट अज ना 3 टंग दे आपां, कल ट्रैक्टर अगों उठन नहीं सी दिया ट्रैक्टर को थोड़ा ही उठना भी चाहिए ता ही जोर मारदा पूरा। हुक हैगी है पिन हैगी विच ओके आ ट्राली अपनी रेड़ी है ट्राली भी जमा ओके आ, चलो मैं इको गेड़े जी समान सारा लै चलदा बहर तो शूट करके मिलदा तुहानू लाओ भी मुंडियो वीडियो शूट हो गई कंप्लीट, तो बहुत ही सारा शूट हुई है वीडियो ट्राली का बैलेंस भी बिल्कुल ओके सीगा ट्रैक्टर ने भी पूरा जोर लाया बाकी वीडियो तुम वेख लियो, तो फिलहाल हूँ मैं एक रील शूट कर ला शूट करके तो फिर लै चलते हैं समान अंदर, ज़्यादा कुछ है नहीं गा अज ट्रैक्टर है ट्राली है तो नाल रिमोट है ट्राली की लिफ्ट भी नहीं चक्की अज मैं अज एवं वीडियो एंड करती मैं क्या सारिया वीडियो लिफ्ट तो चक्की दी है अज नहीं चकते। इतने मैं टैसटिंग कर दिया अपने हिंदुस्तान के गेयरबॉक्स की आ 2000 कहने 200 MAH की कहने मैं आ 200 RPM की मोटर है ठीक है
MAH ਚੱਲਣ ਦੇ ਅੱਜ ਸਵੇਰ ਦੀਆਂ ਬੈਟਰੀਆਂ ਤਿਆਰ ਕੀਤੀਆਂ ਨਾ ਆ ਦੇਖੋ ਡੱਬਾ ਭਰ ਕੇ ਤੇ ਦਿਮਾਗ 'ਚ MAH ਚੱਲਣ ਦਿਆ ਅਤੇ ਆਹ 200 RPM ਦੀ ਮੋਟਰ ਹੈ ਮੈਂ ਕਿਹਾ ਵੀ ਚਲੋ ਦੇਖਦੇ ਹਾਂ RPM ਮੈਚ ਕਰਦੇ ਨੇ ਇਹਦੇ ਵੀ ਮੋਟਰ 'ਤੇ ਕਿੰਨਾ ਕੁ ਲੋਡ ਆਉਂਦਾ ਇੱਥੇ ਮੈਂ ਟੈਸਟਿੰਗ ਕਰਨ ਦਿਆ ਸੀ ਆਪਣੇ ਹਿੰਦੁਸਤਾਨ ਦੇ ਗੇਅਰ ਬੋਕਸ ਦੀ ਆਹ 2000 ਕਹਿੰਦੇ ਹਾਂ 200 MAH ਦੀ ਕੀ ਕਹਿੰਦੇ ਮੈਂ ਆਹ 200 RPM ਦੀ ਮੋਟਰ ਹੈ ਠੀਕ ਹੈ MAH ਚੱਲਣ ਦੇ ਅੱਜ ਸਵੇਰ ਦੀਆਂ ਬੈਟਰੀਆਂ ਤਿਆਰ ਕੀਤੀਆਂ ਨਾ ਆਹ ਦੇਖੋ ਡੱਬਾ ਭਰ ਕੇ ਅਤੇ ਦਿਮਾਗ 'ਚ MAH ਚੱਲਣ ਦਿਆ ਅਤੇ ਆਹ 200 RPM ਦੀ ਮੋਟਰ ਹੈ ਮੈਂ ਕਿਹਾ ਵੀ ਚਲੋ ਦੇਖਦੇ ਹਾਂ RPM ਮੈਚ ਕਰਦੇ ਨੇ ਇਹਦੇ ਵੀ ਮੋਟਰ 'ਤੇ ਕਿੰਨਾ ਕੁ ਲੋਡ ਆਉਂਦਾ ਆਹ ਦੇਖੋ ਆਇੰਦਾ ਜਮਾਂ ਲੋ RPM ਹੈ ਅਤੇ ਇੰਨੇ RPM 'ਤੇ ਮੋਟਰ ਦੱਬਦੀ ਨਹੀਂ ਗੀ ਅਤੇ ਟਰੈਕਟਰ ਦੇ ਚੱਕਰ ਦੇਖੋ ਤੁਸੀਂ ਠੀਕ ਹੈ ਅਤੇ ਆਹ ਫੁੱਲ ਹੈ ਆਹ ਫੁੱਲ ਚੱਕਰ ਨੇ ਇਹਦੇ ਇੱਕ ਤਾਂ ਇਹ ਮੋਟਰ ਜਿਵੇਂ 12 volt ਵਾਲੀ ਹੈ ਇਹਦੇ ਰਿਸੀਵਰ ਜਿਹੜਾ 7.4 volt ਵਾਲਾ ਲੱਗਾ ਹੋਇਆ ਉਹਦੇ ਕਰਕੇ ਵੋਲਟੇਜ ਘੱਟ ਮਿਲਦੀ ਹੈ ਅਤੇ RPM ਘੱਟ ਬਣਦੇ ਨੇ ਆਹ ਵਲੋਗ ਆਪਣਾ ਇੱਥੋਂ ਤੱਕ ਹੀ ਆ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਅਤੇ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ ਓਕੇ ਬਾਏ ਟਾਟਾ।